जे हुण मैनू 15 अद्धा घंटा पहला कॉल आई है जी ते मैं हाजिर हूं। उसी गश्त वाली गल जड़ी है सरकार ने भी शुरू हो जाएगी कदों तो शुरू होनी है कल तो जी ਤਾਂ ਤੁਸੀਂ ਪ੍ਰੋਟੈਸਟ ਕਰ ਰਹੇ ਸੀਗੇ ਤੇ ਐਮਐਲਏ ਸਾਹਿਬ ਪਹੁੰਚੇ ਨੇ ਤੁਸੀਂ ਸੰਤੁਸ਼ਟ ਹੈਗੇ? ਦੇਖੋ ਜੀ ਵੀ ਆਰ ਫੁੱਲੀ ਸੈਟੀਸਫਾਈਡ ਆਏ ਨੇ ਟਾਈਮ ਕੱਢ ਕੇ ਸਾਡੀ ਗ੍ਰੀਵੈਂਸ ਸੁਣਿਆ ਬਹੁਤ ਅੱਛੇ ਤਰੀਕੇ ਨਾਲ ਸੁਣਿਆ। ਤੁਸੀਂ ਮੰਗ ਪੱਤਰ ਲਿਖਿਆ ਸੀ ਕੀ ਕੀ ਡਿਮਾਂਡਸ ਹੈਗੀਆਂ ਨੇ ਤੇ ਕਿਹੜੀਆਂ ਕਿਹੜੀਆਂ ਮੰਗ ਹੈਗੀਆਂ ਨੇ? ਤੇ ਮੇਰੀਆਂ ਜਿਹੜੀ ਮੇਨ ਮੰਗ ਇਹੀ ਹੈ ਜੀ, ਇੱਕ ਤਾਂ ਪਰਿਵਾਰ ਬਾਰੇ ਸੋਚਿਆ ਜਾਵੇ, ਉਹਦਾ ਮੁਆਵਜ਼ਾ ਉਹਨੂੰ ਮਿਲਿਆ ਜਾਵੇ, ਫਿਊਚਰ 'ਚ ਪਟਿਆਲੇ 'ਚ ਇੰਸੀਡੈਂਟ ਨਾ ਹੋਵੇ। ਉਸ ਕੋਹਲੀ ਸਾਹਿਬ ਨੇ ਸਾਨੂੰ ਉਹਦੇ ਲਈ ਪੀ ਸੀ ਆਰ ਦੀ ਕਰਤੀ, ਸਾਡੀ ਮੰਗ ਪੂਰੀ। ਹੁਣ ਤੁਸੀਂ ਨਿਧੜਕ ਹੋ ਕੇ ਨਿਡਰ ਹੋ ਕੇ ਆਪਣੀ ਦੁਕਾਨਦਾਰੀ ਕਰ ਪਾਓਗੇ? ਜੀ ਦੇਖੋ ਜੀ, ਕੁਛ ਇੱਕ ਸ਼ਹਿਰ ਦੇ ਸਾਡੇ ਚੁਣੇ ਹੋਏ ਹੋਏ ਐਮਐਲਏ ਸਾਹਿਬ ਸਾਨੂੰ ਜਦੋਂ ਇੱਕ ਹੌਸਲਾ ਦੇ ਦਿੰਦੇ ਨੇ ਉਹਦਾ ਬੜਾ ਫਰਕ। ਮੈਂ ਕਿਰਨ ਵਸੇ ਇਸ ਵੇਲੇ ਪਟਿਆਲਾ ਕਿਲ੍ਹਾ ਚੌਂਕ ਵਿੱਚ ਖੜਾ। ਤੁਸੀਂ ਦੇਖ ਸਕਦੇ 32 ਜਮਾਤ ਦੇ ਵਿੱਚ ਜਿਹੜੇ ਲੋਕ ਖੜੇ ਨੇ, ਇਹਨਾਂ ਦਾ ਪ੍ਰੋਟੈਸਟ ਸੀਗਾ ਜੋ ਮੋਗਾ ਦੇ ਵਿੱਚ ਸੁਨਿਆਰੇ ਦੇ ਨਾਲ ਵਾਪਰਿਆ, ਉਸ ਤੋਂ ਬਾਅਦ ਜਿਹਦੇ ਚੱਲਦੇ ਹੋਏ ਤੇ ਧਰਨਾ ਮੁਜ਼ਾਹਰਾ ਕੀਤਾ ਜਾ ਰਿਹਾ ਸੀ ਇਹਨਾਂ ਵੱਲੋਂ ਤੇ ਕੁਛ ਮੰਗਾਂ ਨੇ ਇਹਨਾਂ ਦੀਆਂ, ਉਹ ਮੰਗਾਂ ਨੂੰ ਸੁਣਨ ਵਾਸਤੇ ਪਟਿਆਲਾ ਦੇ ਐਮਐਲਏ ਅਜੀਤਪਾਲ ਸਿੰਘ ਕੋਹਲੀ ਪਹੁੰਚੇ ਹੋਏ ਨੇ, ਕੋਲ ਇਹਨਾਂ ਨਾਲ ਗੱਲਬਾਤ ਕੀਤੀ ਹੈ। ਕੋਹਲੀ ਸਾਹਿਬ ਤੁਸੀਂ ਦੇ ਪਹੁੰਚੋ, ਕਿਸ ਤਰ੍ਹਾਂ ਦੀ ਡਿਮਾਂਡ ਸਾਈਆਂ ਨੇ? ਸਰ ਬੜੀਆਂ ਵਾਜਿਬ ਜਿਹੜੀਆਂ ਇਹਨਾਂ ਨੇ ਗੱਲ ਕੀਤੀ ਹੈ, ਬੜਾ ਅਨਫੋਰਚੁਨੇਟ ਇੰਸੀਡੈਂਟ ਹੋਇਆ ਮੋਗੇ ਦੇ ਵਿੱਚ, ਇਹੋ ਜਿਹੇ ਵਾਕਿਆ ਅੱਗੇ ਨਾ ਹੋਣ, ਇੱਕ ਡੈਟਰੈਂਟ ਦੇ ਰੂਪ ਦੇ ਵਿੱਚ ਅਸੀਂ ਪੀ ਸੀ ਆਰ ਇੱਥੇ ਚਲਾਵਾਂਗੇ, ਦੂਸਰਾ ਜਿਹੜਾ ਹੈ ਇਹਨਾਂ ਦੇ ਵੀ ਜਿਹੜੇ ਗਨਸ ਆਰਮਸ ਲਾਇਸੈਂਸ ਨੇ ਉਹ ਜਿਹੜੇ ਅਸੀਂ ਬਣਾਵਾਂਗੇ। ਘਟਨਾ ਜਿਹੜੀ ਹੈ ਮੋਗੇ ਦੀ, ਉਸ ਤੋਂ ਪਹਿਲਾਂ ਵੀ ਹੋਰ ਦੋ ਚਾਰ ਜਗ੍ਹਾ 'ਤੇ ਹੋਈ ਆ, ਉਸ ਨੂੰ ਲੈ ਕੇ ਇਹਨਾਂ ਦੀ ਸਾਰੀਆਂ ਮੰਗਾਂ ਹੈਗੀਆਂ ਨੇ, ਉਹਨਾਂ ਮੰਗਾਂ ਨੂੰ ਤੁਸੀਂ ਕਿਹਾ ਵਾਜਿਬ ਹੈਗੀਆਂ ਨੇ, ਲੇਕਿਨ ਇਹਨਾਂ ਨੇ ਕਾਫੀ ਟਾਈਮ ਇੱਥੇ ਬੈਠ ਕੇ ਪ੍ਰਦਰਸ਼ਨ ਕੀਤਾ, ਗਰਮੀ ਦਾ ਮੌਸਮ ਹੈਗਾ, ਇਹ ਸਾਰੇ ਟੈਕਸਪੇਅਰ ਲੋਕ ਹੈਗੇ ਨੇ, ਇਹਨਾਂ ਨਾਲ ਸਰਕਾਰ ਨੂੰ ਕਿਤੇ ਨਾ ਕਿਤੇ ਘਾਟਾ ਹੁੰਦਾ ਨਹੀਂ ਕਿਉਂ ਦੇਖ ਰਹੇ? ਦੇਖੋ ਮੈਨੂੰ ਖੇਦ ਇਸ ਗੱਲ ਦਾ ਹੈ ਕਿ ਮੈਨੂੰ ਪਹਿਲਾਂ ਹੁਕਮ ਕਰ ਦਿੰਦੇ ਸ਼ਾਇਦ ਮੈਂ, ਜੇ ਹੁਣ ਮੈਨੂੰ 15-15 ਘੰਟਾ ਪਹਿਲਾਂ ਕਾਲ ਆਈ ਹੈ ਜੀ ਤੇ ਮੈਂ ਹਾਜ਼ਰ ਹੋ ਗਿਆ, ਜੇ ਪਹਿਲਾਂ ਦੱਸ ਦਿੰਦੇ ਨੌਬਤ ਹੀ ਨਹੀਂ ਆਉਣੀ ਸੀ, ਮੈਂ ਤਾਂ ਖੁਦ ਚਾਹੁੰਦਾ ਸੀ ਐਂਡ ਬਿਫੋਰ ਦੇ ਕੁਡ ਸਪੀਕ ਟੂ ਮੀ ਆਈ ਆਲਰੇਡੀ ਹੈਡ ਅ ਵਰਡ ਵਿਦ ਦੀ ਐਸਐਸਪੀ ਤੇ ਉਹਨਾਂ ਨੇ ਇਨਸ਼ੋਰ ਕੀਤਾ ਕਿ ਅਸੀਂ ਜਿਹੜਾ ਹੈ ਇੱਥੇ ਪੀਸੀਆਰ ਚਲਾਵਾਂਗੇ ਤੇ ਸਿਕਿਉਰਿਟੀ ਵੀ ਜਿਹੜੀ ਆ ਉਹ ਇਨਹਾਂਸਡ ਰੱਖਾਂਗੇ ਇਸ ਏਰੀਆ। ਤੁਸੀਂ ਗਸ਼ਤ ਵਾਲੀ ਗੱਲ ਜਿਹੜੀ ਆ ਸਰਕਾਰ ਲਈ ਵੀ ਸ਼ੁਰੂ ਹੋ ਜਾਏਗੀ, ਕਦੋਂ ਤੋਂ ਸ਼ੁਰੂ ਹੋਣੀ ਹੈ? ਕੱਲ੍ਹ ਤੋਂ ਜੀ। ਸੋ ਐਮਐਲਏ ਅਜੀਤਪਾਲ ਸਿੰਘ ਕੋਹਲੀ ਨੇ ਸਾਫ਼ ਤੌਰ 'ਤੇ ਪਰ ਦੱਸਿਆ ਕਿ ਇਹਨਾਂ ਦੀ ਜਿਹੜੀ ਡਿਮਾਂਡਸ ਨੇ ਉੱਪਰ ਰੋਸ਼ਨੀ ਪਾ ਲਿੱਤੀ ਗਈ ਹੈ ਤੇ ਜਲਦੀ ਸ਼ੁਰੂ ਹੋ ਜਾਏਗਾ ਤੇ ਅੱਧੇ ਘੰਟੇ ਦੇ ਵਿੱਚ ਹੀ ਐਮਐਲਏ ਖੁਦ ਪਹੁੰਚੇ ਨੇ ਤੇ ਇੱਥੇ ਗੱਲ ਕੀਤੀ ਆ ਉਹਨਾਂ ਦੇ ਨਾਲ ਆ ਕੇ, ਤੇ ਜਵੈਲਰਸ ਖੜੇ ਨੇ ਆਪਣੇ ਨਾਲ ਗੱਲ ਕਰਦੇ ਆ। ਤੁਸੀਂ ਪ੍ਰੋਟੈਸਟ ਕਰ ਰਹੇ ਸੀਗੇ ਤੇ ਐਮਐਲਏ ਸਾਹਿਬ ਪਹੁੰਚੇ ਨੇ, ਤੁਸੀਂ ਸੰਤੁਸ਼ਟ ਹੈਗੇ? ਦੇਖੋ ਜੀ ਵੀ ਆਰ ਫੁੱਲੀ ਸੈਟੀਸਫਾਈਡ ਆਏ ਨੇ, ਟਾਈਮ ਕੱਢ ਕੇ ਸਾਡੀ ਗ੍ਰੀਵੈਂਸ ਸੁਣਿਆ ਬਹੁਤ ਅੱਛੇ ਤਰੀਕੇ ਨਾਲ ਸੁਣਿਆ, ਔਰ ਪਹਿਲਾਂ ਵੀ ਇਹ ਥਰਡ ਜਨਰੇਸ਼ਨ ਹੈ ਜੀ, ਅਸੀਂ ਇਹਨਾਂ ਨੂੰ ਪੁਰਾਣੇ ਜਾਣਦੇ ਹਾਂ, ਕੋਈ ਫਸਟ ਇਹਨਾਂ ਦੇ ਦਾਦਾ ਜੀ ਫਿਰ ਪਿਤਾ ਜੀ ਅਤੇ ਹੁਣ ਇਹਨਾਂ ਦੀ ਸੇਵਾ ਲੈਂਦੇ ਰਹੇ, ਅੱਗੇ ਵੀ ਲਵਾਂਗੇ ਜੀ, ਸਾਨੂੰ ਇਹਨਾਂ ਦੇ ਪੂਰਾ ਮਾਣ ਹੈ, ਸਤਿਕਾਰ ਹੈ। ਇੱਕ ਤੁਸੀਂ ਮੰਗ ਪੱਤਰ ਲਿਖਿਆ ਸੀ ਕੀ ਕੀ ਡਿਮਾਂਡਸ ਹੈਗੀਆਂ ਨੇ ਤੇ ਕਿਹੜੀਆਂ ਕਿਹੜੀਆਂ ਮੰਗ ਲੈਗੀਆਂ ਨੇ? ਇਹ ਮੇਰੀਆਂ ਜਿਹੜੀ ਮੇਨ ਮੰਗ ਇਹੀ ਹੈ ਜੀ, ਇੱਕ ਤਾਂ ਪਰਿਵਾਰ ਬਾਰੇ ਸੋਚਿਆ ਜਾਵੇ, ਉਹਦਾ ਮੁਆਵਜ਼ਾ ਉਹਨੂੰ ਮਿਲਿਆ ਜਾਵੇ ਤੇ ਜਿੱਦਾਂ ਉਹਨਾਂ ਦੀ ਸੰਤੁਸ਼ਟੀ ਕਰਾਈ ਜਾਵੇ, ਸਾਡੇ ਲਈ ਫਿਊਚਰ 'ਚ ਪਟਿਆਲੇ 'ਚ ਇੰਸੀਡੈਂਟ ਨਾ ਹੋਵੇ। ਉਸ ਕੋਹਲੀ ਸਾਹਿਬ ਨੇ ਸਾਨੂੰ ਉਹਦੇ ਲਈ ਪੀ ਸੀ ਆਰ ਦੀ ਕਰਤੀ, ਸਾਡੀ ਮੰਗ ਪੂਰੀ, ਅਤੇ ਦੂਜੀ ਗੱਲ ਲਾਇਸੈਂਸ ਬਾਰੇ ਇਹਨਾਂ ਨੇ ਸਾਡੀ ਮੰਗ ਪੂਰੀ ਕਰਤੀ ਜੀ, ਅਤੇ ਹੋਰ ਕੋਈ ਵੀ ਸਾਨੂੰ ਕੋਈ ਹੋਰ ਸੁਜੈਸ਼ਨ ਆਏਗਾ ਜੇ ਸਾਡੇ ਮਾਇੰਡ 'ਚ ਆਏਗਾ ਅਸੀਂ ਆਪਣੇ ਭਾਈ ਸਾਹਿਬ ਨਾਲ ਸ਼ੇਅਰ ਕਰਾਂਗੇ, ਅਤੇ ਜਿੱਦਾਂ ਇਹ ਇਹਨਾਂ ਨੇ ਮੰਗੀ ਹੈ ਸਾਡੀ ਮੰਗ ਪੂਰੀ ਕਰੀ ਹੈ, ਸਾਨੂੰ ਪੂਰਾ ਉਮੀਦ ਹੈ ਬਾਕੀ ਵੀ ਸਾਡੀ ਸੁਣਾਈ। ਇਹ ਤੁਹਾਡੀਆਂ ਡਿਮਾਂਡਸ ਪੂਰੀਆਂ ਹੋ ਰਹੀਆਂ ਜਿਵੇਂ ਮੈਂ ਕਿਹਾ ਕਿ ਹੁਣ ਤੁਸੀਂ ਨਿਧੜਕ ਹੋ ਕੇ ਨਿਡਰ ਹੋ ਕੇ ਆਪਣੀ ਦੁਕਾਨਦਾਰੀ ਕਰ ਪਾਓਗੇ? ਦੇਖੋ ਜੀ, ਕੁਛ ਇੱਕ ਸ਼ਹਿਰ ਦੇ ਸਾਡੇ ਚੁਣੇ ਹੋਏ ਹੋਏ ਐਮਐਲਏ ਸਾਹਿਬ ਸਾਨੂੰ ਜਦੋਂ ਇੱਕ ਹੌਸਲਾ ਦੇ ਦਿੰਦੇ ਨੇ ਉਹਦਾ ਬੜਾ ਫਰਕ ਹੁੰਦਾ, ਇਹ ਸਾਡੇ ਇੱਕ ਸਤਿਕਾਰਯੋਗ ਨੇ ਅਤੇ ਰਿਪ੍ਰਜੈਂਟੇਟਿਵ ਨੇ, ਜਦੋਂ ਸਾਨੂੰ ਇਹਨਾਂ ਦਾ ਇੱਕ ਉਹ ਮਿਲ ਗਿਆ ਇੰਸ਼ੋਰੈਂਸ ਤਾਂ ਸਾਨੂੰ ਬਹੁਤ ਬੜਾ ਇੱਕ ਤਸੱਲੀ ਮਿਲ ਗਈ, ਬਹੁਤ ਬੜੀ ਤਸੱਲੀ ਮਿਲ ਗਈ।
सो खुद MLA अजीतपाल को भी पहुँचे थे, सुनियारे की जी दिक्कत ने सुनिया मामला सीगा मोगा दे विच जो किस सुनियारे के उपर होया हमला ते उहदी मौत तो बाद दा ते सारे पटियाला दे सुनियारे इकट्ठे होए सन ते सारियां दुकानां बंद करके इत्थे प्रदर्शन कर रहे सन, जिथे गलबात सुनने वास्ते खुद MLA अजीतपाल को भी पहुँचे थे, इन्हां दी जिहड़ियां मंगां ने ओह मन्नण दी गल कही।